ਕਹਿੰਦਾ ਔਰੰਗਜ਼ੇਬ ਕਹਿੰਦਾ ਸੀ ਵੀ ਤੁਸੀਂ ਮੁਸਲਮਾਨ ਬਣ ਜਾਓ ਜੇ ਗੁਰੂ ਗੋਬਿੰਦ ਸਿੰਘ ਵਰਗੇ ਮੁਸਲਮਾਨ ਬਣ ਜਾਂਦੇ ਸਾਰਾ ਪਰਿਵਾਰ ਨਾਲ ਰਵਾਉਣਾ ਪੈਂਦਾ ਲੜਾਈ ਪਹਿਚਾਣ ਦੀ ਹੈ ਲੜਾਈ ਵਜੂਦ ਦੀ ਹੈ ਲੜਾਈ ਹੋਣ ਦੀ ਹੈ ਇਹ ਜਿਹੜਾ ਇਹਨਾਂ ਦਾ ਇੱਕ ਨਾਰਾ ਹੈ ਹਿੰਦੂ ਭਰਨੇ ਕਰਨ ਦਾ ਹਿੰਦੂ ਹਿੰਦੀ ਹਿੰਦੁਸਤਾਨ ਇਹ ਪੂਰੇ ਦੇਸ਼ ਲਾਗੂ ਕਰ ਰਹੇ ਹੈ ਇਹ ਹਾਲਾਤ ਬਣਾਤੇ ਨਾ ਲੋਕਾਂ ਨੇ ਸਾਰੇ ਰੋਡ ਜਾਮ ਕਰ ਲਓ ਬਈ ਲੰਘਣ ਨਹੀਂ ਦੇਣਾ ਜੇ ਆਪਾਂ ਨੂੰ ਇਹ ਨਹੀਂ ਕਹਾ ਜਾਣ ਦੇ ਤਾਂ ਰੋਡ ਜਾਮ ਕਰ ਦਿਓ ਇਹਨਾਂ ਨੇ ਆਪਣੀਆਂ ਗੱਡੀਆਂ ਰੋਕਤੀਆਂ ਇਹਨਾਂ ਨੇ ਆਪਣੀਆਂ ਗੱਡੀਆਂ ਰੋਕੀਆਂ ਨੇ ਰੋਡ ਜਾਮ ਕਰੋ ਸੋ ਪੰਜਾਬੀਓ ਸ਼ੁਰੂਆਤ ਅਸੀਂ ਬਠਿੰਡਾ ਜ਼ਿਲ੍ਹੇ ਤੋਂ ਕਰਤੀ ਹੈ ਬੋਲਾਂ ਦੇ ਰੰਗ ਫੇਰ ਕੇ ਜਿੱਥੇ ਕਿਤੇ ਵੀ ਹਿੰਦੀ ਲਿਖੀ ਮਿਲਦੀ ਹੈ ਅੰਗਰੇਜ਼ੀ ਲਿਖੀ ਮਿਲਦੀ ਹੈ ਕਿਸੇ ਰੋਡ ਤੇ ਕਿਸੇ ਸੜਕ ਤੇ ਕਿਸੇ ਪਾਸਪੋਰਟ ਦੇ ਦਫ਼ਤਰ ਹੋਰ ਦਫ਼ਤਰ ਤਾਂ ਸਾਰੇ ਥਾਂ ਤੁਸੀਂ ਇਹ ਕਾਲੇ ਰੰਗ ਲੈ ਕੇ ਤੇ ਫੋਟਾ ਫੇਰ ਇਹੀ ਤਾਂ ਹੀ ਜਿਹੜੀ ਪੂਰੀ ਰੇਤ ਦੀ ਸਰਕਾਰ ਹੈ ਇਹਦੇ ਕਿੰਨਾ ਤੱਕ ਆਵਾਜ਼ ਪਾ ਜਾਣੀ ਹੈ ਬਿਹਾਰੀ ਜਾਣੀ ਅਦਾਲਤ ਸੋ ਭਰਾਵੋ ਹੁਣ ਮੇਰੀ ਗੱਲ ਪ੍ਰਯੋਗ ਕਰ ਲਓ ਇੱਥੇ ਪੁਲਿਸ ਆਪਣੇ ਲਾਠੀ ਚਾਰਜ ਵੀ ਕਰ ਸਕਦੀ ਹੈ ਆਪਾਂ ਜਾਂ ਜਿਹੜੀ ਮਾਂ ਬੋਲੀ ਨੇ ਆਪਣੀ ਦੁਨੀਆ ਨੂੰ ਪਹਿਚਾਣ ਦਿੱਤੀ ਹੈ ਉਹਦੇ ਖਾਤਰ ਪਰਚਾ ਹੋ ਜਾਏ ਕੁਛ ਪੜੇ ਜੋ ਮਰਜ਼ੀ ਹੋ ਜਾਏ ਪਿੱਛੇ ਨਹੀਂ ਹਟਾਂਗੇ ਪਿੱਛੇ ਨਹੀਂ ਹਟਣਾ ਕਿਸੇ ਨੇ ਸੁਣਿਆ ਕਿ ਖੜੇ ਹੈ ਜੋ ਮਰਜ਼ੀ ਹੋ ਜਾਏ ਮਾਂ ਬੋਲੀ ਪੰਜਾਬੀ ਜਿੰਦਾ ਮਾਂ ਬੋਲੀ ਪੰਜਾਬੀ ਜਿੰਦਾ ਮਾਂ ਬੋਲੀ ਪੰਜਾਬੀ ਜਿੰਦਾ ਲਾ ਲਾ ਅਸੀਂ ਇੱਥੇ ਕੋਈ ਹੁਲੜਬਾਜ਼ੀ ਨਹੀਂ ਕਰਨਾ ਹੈ ਭਾਈ ਨੇ ਦੱਸ ਦਿੱਤਾ ਕਿ ਸਾਰਾ ਕੁਝ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆ ਕੇ ਮੈਂ ਪ੍ਰਸ਼ਾਸਨ ਨੂੰ ਵੀ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਤੁਸੀਂ ਪੰਜਾਬੀ ਨੂੰ ਪਿਆਰ ਨਹੀਂ ਕਰਦੇ ਜੀ ਪੰਜਾਬੀ ਦੇ ਸਤਿਕਾਰ ਦੀ ਗੱਲ ਹੀ ਹੋ ਰਹੀ ਹੈ ਦੱਸੋ ਇੱਥੇ ਅਸੀਂ ਕੀ ਗਲਤ ਕਰ ਰਹੇ ਹਾਂ ਇਸ ਕਰਕੇ ਜਿਹੜੇ ਵੀ ਸਾਡੇ ਵੀਰ ਇੱਥੇ ਆਏ ਨੇ ਉਹ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਨ ਲਈ ਆਏ ਨੇ ਨਾ ਕਿ ਕੋਈ ਹੁਲੜਬਾਜ਼ੀ ਕਰਨ ਵਾਸਤੇ ਆਏ ਜਾਂ ਅਸੀਂ ਕੋਈ ਕਿਸੇ ਨੇ ਕੋਈ ਟ੍ਰੈਫਿਕ ਦੇ ਵਿੱਚ ਕੋਈ ਪ੍ਰੋਬਲਮ ਕ੍ਰੀਏਟ ਕੀਤੀ ਹੈ ਸਾਨੂੰ ਤਾਂ ਦੱਸਿਆ ਜਾਵੇ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਨ ਲਈ ਮੰਗ ਰੱਖ ਸਕਦੇ ਹਾਂ ਪ੍ਰਸ਼ਾਸਨ ਕੋਲ ਮੰਗ ਰੱਖੀ ਹੈ ਪ੍ਰਸ਼ਾਸਨ ਕੋਲ ਮੰਗ ਕਰੀ ਹੈ ਜੋ ਪ੍ਰਸ਼ਾਸਨ ਦੇ ਅਧਿਕਾਰੀ ਸਾਡੇ ਕੋਲ ਇੱਥੇ ਰੋਕਣ ਲਈ ਆਏ ਨੇ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਪੰਜਾਬੀ ਨੂੰ ਪਿਆਰ ਨਹੀਂ ਕਰਦੇ ਕੀ ਤੁਸੀਂ ਨਹੀਂ ਕਹਿੰਦੇ ਕੀ ਤੁਸੀਂ ਪੰਜਾਬੀ ਨਹੀਂ ਹੈਗੇ ਸਾਰੇ ਪੰਜਾਬੀ ਹੈ ਗਲਤ ਮੰਗ ਨਹੀਂ ਰੱਖ ਰਹੇ ਅਸੀਂ ਜਾਂ ਤੁਸੀਂ ਸੋਚ ਕੇ ਦੇਖੋ ਵੀ ਪੰਜਾਬ ਦੇ ਵਿੱਚ ਪੰਜਾਬੀ ਦਾ ਸਭ ਤੋਂ ਥੱਲੇ ਦਰਜਾ ਦੇ ਦਿਓ ਬੋਰਡ ਸਭ ਤੋਂ ਪਹਿਲਾਂ ਹਿੰਦੀ ਆ ਉਸ ਤੋਂ ਬਾਅਦ ਅੰਗਰੇਜ਼ੀ ਆ ਪੰਜਾਬੀ ਤੀਜੇ ਨੰਬਰ ਤੇ ਆ ਕਿਸੇ ਵੀ ਸਟੇਟ ਦੇ ਵਿੱਚ ਚਲੇ ਜਾਓ ਜਿਹੜੀ ਉਹਨਾਂ ਦੀ ਮਾਤ ਭਾਸ਼ਾ ਹੁੰਦੀ ਹੈ ਉਹ ਉੱਪਰ ਹੁੰਦੀ ਹੈ ਪਰ ਪੰਜਾਬ ਦੇ ਵਿੱਚ ਇਹ ਕਿਉਂ ਇੱਕਦਮ ਉਹ ਪੰਜਾਬੀ ਬੋਲੀ ਦਾ ਜਾਤੀ ਹੋ ਰਹੀ ਹੈ ਉਲਟਾ ਤੁਸੀਂ ਸਾਨੂੰ ਮੰਗ ਵੀ ਨਹੀਂ ਰੱਖਣ ਦੇ ਰਹੇ ਉਹਦਾ ਰੈਸਪੈਕਟ ਕਰ ਪੰਜਾਬੀ ਵੀ ਆ ਉਸ ਪੰਜਾਬ ਦੇ ਵਿੱਚ ਜਿਹੜੀ ਆ ਇਹਨਾਂ ਬੋਰਡਾਂ ਦੇ ਰਾਹੀਂ ਪੰਜਾਬੀ ਬੋਲੀ ਜਿਹੜੀ ਆ 3 ਨੰਬਰ ਤੇ ਕਰ ਦਿੱਤੀ ਗਈ ਆ ਅਸੀਂ ਪੁਰਜ਼ੋਰ ਅਪੀਲ ਕਰਦੇ ਹਾਂ ਸਮੁੱਚੇ ਪੰਜਾਬੀਆਂ ਨੂੰ ਚਾਹੇ ਉਹ ਕਿਸੇ ਕਮਿਊਨਿਟੀ ਨਾਲ ਸੰਬੰਧ ਰੱਖਦੇ ਆ ਅਸੀਂ ਇੱਕ ਸਿੱਖ ਹੋਣ ਦੇ ਨਾਤੇ ਆਪਣਾ ਫਰਜ਼ ਸਮਝਿਆ ਪਰ ਪੰਜਾਬੀ ਵੀਰੋ ਆਪਣਾ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਪੰਜਾਬੀ ਨੂੰ ਪੰਜਾਬ ਦੇ ਵਿੱਚ ਪਹਿਲ ਦੇ ਕਰਦੇ ਰੱਖੀ ਰੱਖੀ ਜਾਨੈ ਮੈਂ ਤੇਰੀ ਬੋਲੀ